ਬਿਲਕੁਲ ਵੀ ਪੜ੍ਹੀ ਨਹੀਂ ਥੀ ਇਸ ਲਈ ਕਿ ਮੇਰੇ ਅੱਬੂ ਜਿਹੜੇ ਬਹੁਤ ਗਰੀਬ ਥੇ ਤੇ ਭਾਈ ਨਹੀਂ ਥੇ ਤੇ ਇਸ ਲਈ ਮੈਨੇ ਪੜਾ ਨਹੀਂ ਗਿਆ ਮਜਬੂਰੀ ਥੀ ਮੈਂ ਆਪਣੇ ਬੂਕੇ ਸਾਥ ਕੰਮ ਕਰਦੀ ਥੀ ਤੇ ਲੇਕਿਨ ਜਬ ਜਬ ਮੇਰੀ ਸ਼ਾਦੀ ਹੋਈ ਤੋ ਨਾ ਫਿਰ ਮੈਨੂੰ ਸ਼ੌਕ ਤੇ ਹੈ ਸੀ ਲੇਕਿਨ ਮੈਨੂੰ ਕੋਈ ਜ਼ਰੀਆ ਨਹੀਂ ਥਾ ਪੜ੍ਹਨੇ ਦਾ ਅਸੀਂ ਕਲੀਨ ਜਿਹੜਾ ਨਾ ਬਾਹਰ ਜਾਂਦੇ ਨੇ ਅਸੀਂ ਉਹ ਬਣਾਉਂਦੇ ਆ ਜਿਹੜੇ ਕਮਰਿਆਂ ਚ ਵਿਛਾਉਂਦੇ ਨੇ ਅਸੀਂ ਆਪਣੀ ਮਜ਼ਦੂਰੀ ਕਰਨੇ ਆ ਦੇ ਹੁਣ ਮੇਰਾ ਮੀਆਂ ਨਹੀਂ ਤਾਦ ਵੀ ਅਸੀਂ ਕਰਨੇ ਜਦੋਂ ਬਿਮਾਰ ਸੀ ਉਦੋਂ ਵੀ ਮੈਂ ਮਜ਼ਦੂਰੀ ਕਰਦੀ ਮੇਰੀਆਂ ਬੱਚੀਆਂ ਮੇਰੇ ਨਾਲ ਕਰਦੀਆਂ ਨੇ ਸਲਾਈ ਵਗੈਰਾ ਕਰ ਲਈਦਾ ਕੋਈ ਆਪਣੀ ਮਜ਼ਦੂਰੀ ਕਰ ਲਈਦਾ ਆਪਣਾ ਗੁਜ਼ਾਰਾ ਕਰੀਦਾ ਸੀ ਕਿਸੇ ਅੱਗੇ ਤਾਂ ਲਈ ਨਹੀਂ ਦਾਂਦੇ ਜਦ ਮੈਨੂੰ ਪਤਾ ਲਗਾ ਨਾ ਕਿ ਬਾਜੀ ਕੇ ਆਕਸ਼ਰ ਨੇ ਸਕੂਲ ਖੋਲਾ ਮੈਂ ਆਪਣੀ ਮੇਰੇ ਹਸਾਇਆ ਨੇ ਦੱਸਾਇਆ ਥਾ ਉਧਰ ਸਕੂਲ ਖੁਲਾ ਮੈਂ ਫਿਰ ਆਇਸ ਕੇ ਸਾਥ ਝਗੜਾ ਕੀਤਾ ਮੈਂ ਕਹ ਤੁਸੀਂ ਸਾਰਿਆਂ ਨੂੰ ਪੜਾਣੀਆਂ ਮੈਨੂੰ ਨਹੀਂ ਪੜਾਣੀਆਂ ਮੈਂ ਵੀ ਪੜਨਾ ਮੈਨੂੰ ਬੜਾ ਸ਼ੌਕ ਹੈ ਕਰਦੀ ਬਾਜੀ ਮੈਂ ਆਖਿਆ ਕਰੇ ਤੁਸੀਂ ਹੁਣ ਆਵੋ ਕਿ ਨਾ ਆਵੋ ਤੇ ਫਿਰ ਮੈਂ ਆਈ ਮੈਂ ਧਿਆਨ ਕੇ ਕਿਤਾਬਾਂ ਇਹਨਾਂ ਨੇ ਮੈਨੂੰ ਦਿੱਤੀਆਂ ਮੈਂ ਪੜੀਆਂ ਮੈਂ ਪੜ ਤੇ ਮਾਸ਼ਾਅੱਲਾ ਲੈਂਦੀ ਸੀ ਪੜੰਦਾ ਮੈਨੂੰ ਬੜਾ ਸ਼ੌਕ ਸੀ ਜਦੋਂ ਲਿਖਦੀ ਸੀ ਤਾਂ ਥੋੜੀ ਜੀ ਮੈਨੂੰ ਦਿੱਕਤ ਹੁੰਦੀ ਸੀ ਮੇਰੇ ਕੋਲ ਕਿਸੇ ਟਾਈਮ ਨੀ ਸੀ ਵੀ ਲਿਖਿਆ ਜਾਂਦਾ ਮੈਂ ਵੇਖ ਕੇ ਲੇਖ ਲੈਂਦੀ ਸੀ ਲੇਕਿਨ ਮਲਾ ਵਗਾਰਾ ਨਹੀਂ ਸੀ ਲਿਖੀ ਜਾਂਦੀ ਫਿਰ ਹੌਲੀ ਹੌਲੀ ਉਹ ਮੈਨੂੰ ਉਹ ਵੀ ਆ ਗਈ ਤੇ ਮੈਂ ਉਹ ਵੀ ਲਿਖਣ ਲੱਗ ਗਈ ਮੇਰੀਆਂ ਬੇਟੀਆਂ ਮੈਂ ਆਪਣੀਆਂ ਬੇਟੀਆਂ ਦੋਨੋਂ ਵੀ ਨਾਲ ਲੈ ਕੇ ਆਈ ਸਾ ਇੱਕ ہمسਾਈ ਸੀ ਉਹਨੂੰ ਵੀ ਲੈ ਕੇ ਆਈ ਸਾ ਤੇ ਉਹਨਾਂ ਨੇ ਵੀ ਨਾਲ ਪੜਿਆ ਤੇ ਉਹਨਾਂ ਨੂੰ ਵੀ ਪੜਨਾ ਲਿਖਣਾ ਆ ਗਿਆ ਨਹੀਂ ਮੇਰੀ ਜਠਾਲੀਆਂ ਦੋ ਉਹ ਵੀ ਨਹੀਂ ਪੜੀ ਸੀ ਮੇਰੀ ਨੰਦ ਸੀ ਉਹ ਵੀ ਨਹੀਂ ਸੀ ਪੜੀ ਮੇਰੀ ਸੱਸ ਵੀ ਨਹੀਂ ਸੀ ਪੜੀ ਮੇਰੀ ਮਾਂ ਵੀ ਨਹੀਂ ਸੀ ਪੜੀ ਤੇ ਲੇਕਿਨ ਇਹ ਕਿ ਮੈਂ ਹੁਣ ਪੜਨ ਆਉਂਦੀ ਸੋ ਤੇ ਮੇਰਾ ਮਜ਼ਾਕ ਕਰਦੀਆਂ ਸੀ ਮੈਨੂੰ ਕਰਦੀਆਂ ਲੈ ਹੁਣ ਬੁੱਢੇ ਵਾਰੇ ਪੜਨੀ ਬੇਵਾ ਵੀ ਹੋ ਗਈ ਐ ਤੇ ਹੁਣ ਬੀਆ ਵੀ ਨਹੀਂ ਸਰਤੇ ਤੇ ਹੁਣ ਇਹਨੇ ਪੜਨ ਜਾਣਾ ਹੁਣ ਸਕੂਲ ਜਾਂਦੀ ਬਰ ਮੈਂ ਕਿਸੇ ਦੀ ਗੱਲ ਨਹੀਂ ਸੁਣੀ ਮੈਂ ਆਖਿਆ ਨਹੀਂ ਮੈਂ ਬਸ ਪੜਨਾ ਜੋ ਆਦਮੀ ਨਾ ਪੜ੍ਹੋ ਤਾਂ ਨਾ ਉਹਂਦਾ ਹੁੰਦਾ ਹੈ ਸਾਹਮਣੇ ਹਸਪੀਟਲ ਹੁੰਦਾ ਹੈ ਸਾਨੂੰ ਪਤਾ ਹੀ ਨਹੀਂ ਹੁੰਦਾ ਇਹ ਕੀ ਹੈ ਤੇ ਉੱਥੇ ਲਿਖਿਆ ਹੁੰਦਾ ਕਿ ਹਸਪੀਟਲ ਹੈ ਫਲਾਣਾ ਹਸਪੀਟਲ ਹੈ ਅ ਜਨਰਲ ਹਸਪੀਟਲ ਹੈ ਅ ਸਰਵਸੇ ਅਸੀਂ ਪੜ ਲੈਨੇ ਆ ਤੇ ਅੱਗੇ ਸਾਨੂੰ ਨਹੀਂ ਸੀ ਪਤਾ ਲੱਗਦਾ ਕਿ ਪਤਾ ਨਹੀਂ ਇਹ ਕੀ ਹੈ ਤੇ ਕੀ ਨਹੀਂ ਸਕੂਲ ਲੇ ਉਹਦਾ ਵੀ ਸਾਨੂੰ ਪਤਾ ਲੱਗ ਜਾਂਦਾ ਐ ਸੜਕਾਂ ਤੇ ਬੋਟ ਲਿਖੇ ਨੇ ਉਹਨਾਂ ਤਾਂ ਵੀ ਸਾਨੂੰ ਪਤਾ ਲੱਗ ਜਾਂਦਾ ਕਿ ਇਹ ਫਲਾਣੀ ਚੀਜ਼ ਹੈ ਇੱਥੇ ਫਲਾਣੀ ਜਗ੍ਹਾ ਆਇਆ ਹੈ ਅੱਗੇ ਸਾਨੂੰ ਨਹੀਂ ਸੀ ਪਤਾ ਲੱਗਦਾ ਹੁਣ ਮਾਸ਼ਾਅੱਲਾ ਉਹੀ ਗੱਲ ਆ ਗਈ ਕਿ ਜਿਹੜਾ ਬੰਦਾ ਨਪੜਿਓ ਹੁੰਦਾ ਬਿਲਕੁਲ ਜਿਹੜਾ ਬੰਦਾ ਪੜ੍ਹ ਲੈਂਦਾ ਉਹਨੂੰ ਫੇਰ ਪਤਾ ਲੱਗ ਜਾਂਦਾ ਕਿ ਇੱਥੇ ਕੀ ਹੈ ਤੇ ਕੀ ਨਹੀਂ ਹੁਣ ਤੇ ਮਾਸ਼ਾਅੱਲਾ ਬੱਚੇ ਜਵਾਨ ਹੋ ਗਏ ਨਾਲ ਆਸਰਾ ਬਣ ਗਿਆ ਉਹਦੇ ਛੋਟੇ ਸਨ ਤੇ ਉਹਦੀ ਪੈਸੇ ਮਸਲਨ ਕਿ ਪਦੈਸ਼ ਪਰਚੀ ਕਢਾਓ ਮੈਨੂੰ ਨਾਲੇ ਪਤਾ ਸੁਰ ਵੀ ਨਹੀਂ ਸੀ ਹੁਣ ਮੈਂ ਪੜ੍ਹ ਗਈ ਮੈਨੂੰ ਥੋੜਾ ਜਿਹਾ ਪਤਾ ਲੱਗ ਗਿਆ ਨਾਦਰਾ ਦਫਤਰ ਜਾਣਾ ਉੱਥੇ ਪਦੈਸ਼ ਪਰਚੀ ਕਢਾਣੀ ਆਇਆ ਕਰਨਾ ਆਇਆ ਕਰਨਾ ਉਹਦੇ ਮੈਨੂੰ ਨਹੀਂ ਸੀ ਪਤਾ ਨਾ ਮੈਂ ਪੈਸੇ ਲਾਏ ਨਾ ਮੈਂ ਕੋਈ ਗਈ ਨਾ ਉਹਦੀ ਮੈਂ ਮਸਲਨ ਕਿ ਪਰਚੀ ਕਢਾਈ ਹੁਣ ਮੈਨੂੰ ਪਤਾ ਲੱਗ ਗਿਆ ਹੁਣ ਮੈਂ ਉੱਥੇ ਪੈਸੇ ਵੀ ਭਰੇ ਨੇ ਹੁਣ ਜਿਹੜੇ ਲੱਗੇ ਨੇ ਉਹ ਹੁਣ ਸਾਰਾ ਕੁਝ ਬਣਾਇਆ ਕੱਲ ਉਹਨਾਂ ਦੇ شناਤੀ ਕਾਰਡ ਬਣਾਉਣੇ ਨੇ ਫਿਰ ਉਹ ਆਸਾਨੀ ਹੋ ਜਾਏਗੀ ਫਿਰ ਮੈਂ ਨਾਦਰਾ ਦਫਤਰ ਗਈ ਜਿੱਥੇ شناਤੀ ਕਾਰਡ ਬਣਤੇ تھے ਉਸ ਉਹ ਵਹਾਂ ਜਾ ਗਈ ਮੇਰੇ ਬੇਟੋ ਕੇ شناਤੀ ਕਾਰਡ ਬਣੇ ਕਿਉਂਕਿ ਇਹਨਾਂ ਦੇ ਅਬੂ ਨਹੀਂ ਸਨ ਹੈ ਤੇ ਫਿਰ ਮੇਰੇ ਉੱਥੇ ਗੂਠੇ ਲੱਗਨੇ ਸਨ ਮੇਰੇ ਸੈਨ ਹੋਣੇ ਸੀ ਮੈਂ ਉੱਥੇ ਗਈ ਉਹਨਾਂ ਨੇ ਕਿਹਾ ਗੂਠਾ ਲਾ ਮੈਂ ਕਹਿੰਨੀ ਮੈਂ ਸੈਨ ਕਰਨੇ ਮੈਂ ਸੈਨ ਕੀਤੇ ਮੈਨੂੰ ਬਹੁਤ ਅੱਛਾ ਲੱਗਾ ਬੜੀ ਖੁਸ਼ੀ ਹੋਈ ਹੁਣ ਹਮਸਾਈਆਂ ਨੇ ਉਹਨਾਂ ਨੂੰ ਮੈਂ ਫਿਰ ਕਿਹਾ ਕਿ ਹੁਣ ਫਿਰ ਸਕੂਲ ਖੋਲਣਾ ਤੁਸੀਂ ਵੀ ਆਣਾ ਜਿਸ ਤਰ੍ਹਾਂ ਮੈਨੂੰ ਸਨਤ ਮਿਲੀ ਤੁਹਾਨੂੰ ਵੀ ਮਿਲੇਗੀ